ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆ ਦੋਸਤੋ ਤੁਹਾਡੇ ਆਪਣੇ ਯੂਟਿਊਬ ਚੈਨਲ 'ਤੇ ਬੇਅੰਤ ਤੁਲਿਆਲ 'ਤੇ। ਸੋ ਗਰਮੀ ਬਾਈ ਬਹੁਤ ਜ਼ਿਆਦਾ ਹੋ ਰਹੀ ਆ, ਕਈ ਦੋਸਤਾਂ ਦੇ ਫੋਨ ਮੈਸੇਜ ਆਉਂਦੇ ਆ ਬਾਈ ਗਰਮੀ ਆ ਯਾਰ ਕੀ ਕਰੀਏ ਘੋੜਿਆਂ ਵਾਸਤੇ, ਜਿਹੜਾ ਇਹਨਾਂ ਨੂੰ ਠੰਡਕ ਮਹਿਸੂਸ ਹੋਵੇ, ਹੈ ਨਾ। ਪਾਣਾ ਪਲਾਉਂਦੇ ਹੁੰਦੇ ਅਸੀਂ ਤਾਂ ਸਾਡੇ ਇੱਧਰ ਮਲਵਈ ਭਾਸ਼ਾ 'ਚ ਮਾਲਵੇ 'ਚ ਪਾਣਾ ਕਹਿੰਦਾ ਨੇ, ਸ਼ੱਕਰ ਬੇਸਣ ਦਾ। ਇੱਕ ਦੋ ਚੀਜ਼ਾਂ ਮੈਂ ਹੋਰ ਐਡ ਕਰੀਆਂ ਨੇ, ਤੁਹਾਨੂੰ ਉਹ ਦੱਸ ਦੂੰਗਾ ਮੈਂ ਵੀ ਕੀ ਆਪਾਂ ਨੇ ਐਡ ਕਰਿਆ। ਅਤੇ ਮੈਨੂੰ ਹੁਣ ਵੀ ਇੱਕ ਫੋਨ ਆਇਆ ਸੀ ਦੋਸਤ ਦਾ, ਉਹ ਕਹਿੰਦਾ ਵੀ ਸਾਡੀ ਘੋੜੀ ਯਾਰ ਮੂੰਹ 'ਚ ਛਾਲੇ ਹੋ ਗਏ, ਉਹ ਗਰਮੈਸ਼ ਕਰਕੇ ਹੋ ਜਾਂਦਾ ਜ਼ਿਆਦਾਤਰ ਬਾਈ। ਵੈਸੇ ਭੋ ਤਾਂ ਹੁਣ ਨੀਰਾ ਘੋੜੇ ਨੂੰ ਮੈਂ ਵੀ ਪਾਉਂਦਾ, ਪਰ ਦੇਖ ਕੇ ਸਹੀ ਜਿਹੀ ਮਾਤਰਾ 'ਚ ਪਾਓ। ਘੋੜੇ ਨੂੰ ਇਹਨਾਂ ਦਿਨਾਂ 'ਚ ਬੜਾ ਦਾਣੇ ਨਾਲ ਆਪਾਂ ਨੂੰ ਰਜਾਉਣਾ ਨਹੀਂ ਚਾਹੀਦਾ। ਹੁਣ ਜਿਹੜਾ ਪਾਣਾ ਮੈਂ ਪਿਲਾਉਂਦਾ ਹੁੰਦਾ, ਤੁਸੀਂ ਗਾਂ ਨੂੰ, ਮੱਝ ਨੂੰ, ਘੋੜੀ ਨੂੰ, ਬੱਕਰੀ ਨੂੰ ਪਿਲਾ ਸਕਦੇ ਹੋ, ਇਹ ਠੀਕ ਰਹਿੰਦਾ। ਬਾਕੀ ਰੈਗੂਲਰ ਵੀ ਜਿਵੇਂ ਪਿਲਾਈ ਜਾਂਦੇ ਜੇ ਜ਼ਿਆਦਾ ਗਰਮੀ ਹੋਵੇ, ਬਾਕੀ ਇੱਕ ਦੋ ਦਿਨ ਅਸੀਂ ਬੱਚੇ ਨੂੰ ਮਿਸ ਵੀ ਕਰਦੇ ਹੁੰਦੇ ਹਾਂ। ਕਈ ਵਾਰ ਜਦੋਂ ਇਹ ਦਿਨਾਂ 'ਚ ਨਾ ਜਾਨਵਰ ਨੂੰ ਬੈ ਵੀ ਹੋ ਜਾਂਦੀ ਆ, ਉਹ ਚੀਜ਼ ਦਾ ਵੀ ਥੋੜ੍ਹਾ ਧਿਆਨ ਰੱਖਿਆ ਕਰੋ। ਉਹਦੀ ਵੀ ਆਪਾਂ ਇੱਕ ਦਿਨ ਅਲੱਗ ਤੋਂ ਵੀਡੀਓ ਪਾਵਾਂਗੇ ਵੀ ਉਹਦੇ ਲਈ ਆਪਾਂ ਕੀ ਕੁਛ ਦੇ ਸਕਦੇ ਹਾਂ। ਸੋ ਜਿੰਨੀ ਕੁ ਚੀਜ਼ ਦੀ ਬਾਈ ਮੈਂ ਵਰਤੋਂ ਕਰਦਾ ਉਹ ਤੁਹਾਨੂੰ ਮੈਂ ਦੱਸ ਦੇਣਾ ਵੀ ਕੀ ਆਪਾਂ ਵਰਤਦੇ ਹਾਂ, ਤੁਹਾਡੇ ਨਾਲ ਸ਼ੇਅਰ ਕਰ ਲੈਣਾ। ਤੁਹਾਡਾ ਕੋਈ ਨੁਸਖਾ ਹੋਇਆ, ਤੁਹਾਡੀ ਕੋਈ ਰਾਏ ਹੋਈ ਬਾਈ ਕਮੈਂਟਾਂ 'ਚ ਮੈਨੂੰ ਜ਼ਰੂਰ ਦੱਸ ਦਿਓ। ਹੁਣ ਆਪਾਂ ਸ਼ੁਰੂ ਕਰਦੇ ਹਾਂ। ਅਤੇ ਇੱਕ ਤਾਂ ਜਿਵੇਂ ਆਹ ਚਮਚ ਰੱਖਿਆ ਹੋਇਆ ਮੈਨੇ, ਇੱਕ ਚਮਚਾ ਇੰਨਾ ਕਲਮੀ ਛੋਰੇ ਦਾ, ਇਹ ਛੋਟਾ ਚਮਚਾ, ਬਾਹਲਾ ਵੱਡਾ ਚਮਚਾ ਨਹੀਂ ਹੈਗਾ। ਅਤੇ ਇੱਕ ਚਮਚਾ ਜੌਂ ਖਾਰ ਦਾ, ਇਹ ਜੌਂ ਖਾਰ ਮੈਨੇ ਮੋਮ ਜਿਸਤੇ 'ਚ ਕੁੱਟ ਰੱਖੀ ਆ। ਅਤੇ ਬਾਕੀ ਉਦੋਂ ਬਾਅਦ ਆਹ ਤਾਂ ਮੇਰੀ ਪੁਰਾਣੀ ਸ਼ੱਕਰ ਅਤੇ ਬੇਸਣ ਆਏ, ਮੈਨੇ ਬਰਾਬਰ ਮਾਤਰਾ 'ਚ ਮਿਕਸ ਕਰ ਰੱਖਿਆ। ਹੁਣ ਮੈਂ ਨਵਾਂ ਲੈ ਕੇ ਆਇਆ ਕਿਉਂਕਿ ਜਿਹੜਾ ਪੁਰਾਣਾ ਪਿਆ ਤਾਂ ਇੱਕ ਦੋ ਘੋੜੀ ਜੁੱਗ ਗਈ ਆ, ਅਤੇ ਦੋ ਮੁੱਠੀਆਂ ਮੈਂ ਸ਼ੱਕਰ ਅਤੇ ਬੇਸਣ ਦੀਆਂ ਮਿਕਸ ਕਰਕੇ ਪਾ ਲੂੰਗਾ। ਆਹ ਸਮਾਨ ਪਾ ਕੇ ਬਾਈ ਇਹ 'ਚ, ਇਹ ਬੱਠਲ 'ਚ ਤਕਰੀਬਨ 10 ਤੋਂ 12 ਲੀਟਰ ਪਾਣੀ ਹੈ ਜਿਹੜਾ ਉਹ ਪੈ ਜਾਂਦਾ ਆਰਾਮ ਨਾਲ। ਬੱਠਲ ਦੇਖਣ ਨੂੰ ਤਾਂ ਆਪਾਂ ਨੂੰ ਛੋਟਾ ਜਿਹਾ ਲੱਗਦਾ, ਅਤੇ ਮੇਰੀਆਂ ਘੋੜੀਆਂ ਤਕਰੀਬਨ ਸਾਰੀਆਂ 10 ਤੋਂ 12 ਲੀਟਰ ਇਹ ਪਾਣਾ ਪੀ ਲੈਂਦੀਆਂ ਨੇ ਹਰ ਰੋਜ਼। ਅਤੇ ਆਪਣੇ ਸ਼ਾਹ ਜੀ ਇਕੱਲੇ ਰਣ ਸਿੰਘ ਜੀ ਨਹੀਂ ਪੀਂਦੇ ਹੈਗੇ, ਉਹਨੂੰ ਮੈਂ ਹੋਰ ਤਰੀਕੇ ਨਾਲ ਜਾਂ ਮਾੜੀ ਮੋਟੀ ਸ਼ੱਕਰ ਉਹਦੇ ਉਹ 'ਚ ਪਾ ਦੇਣਾ ਹੁੰਦਾ, ਦਾਣੇ 'ਚ ਪਾ ਦੇਣਾ ਹੁੰਦਾ। ਪਾਣੀ ਉਹਦਾ ਕੀ ਕਾਰਨ ਆ ਵੀ ਤਾਜ਼ਾ ਪੀਂਦਾ ਉਹ, ਬਿਲਕੁਲ ਤਾਜ਼ਾ। ਇੱਕ ਤੁਸੀਂ ਵੀ ਇਹ ਗੱਲ ਜ਼ਰੂਰ ਧਿਆਨ ਰੱਖਿਓ ਬਾਈ, ਜਦੋਂ ਸਵੇਰੇ ਆਪਾਂ ਘੋੜੇ ਵਾਲਿਆਂ 'ਚ ਜਾਂਦੇ ਹਾਂ, ਆਪਣੇ ਫਾਰਮ 'ਚ ਜਾਂਦੇ ਹਾਂ, ਆਪਣੇ ਵਾੜੇ 'ਚ ਜਾਂਦੇ ਹਾਂ, ਨਹੁਰੇ 'ਚ ਜਾਂਦੇ ਹਾਂ, ਜਦੋਂ ਆਪਾਂ ਸਵੇਰੇ ਜਾਂਦੇ ਹਾਂ, ਦਾਣਾ ਪਾਉਣ ਤੋਂ ਪਹਿਲਾਂ ਉਹਨਾਂ ਨੂੰ ਇੱਕ ਵਾਰ ਤਾਜ਼ਾ ਪਾਣੀ ਪਿਲਾਇਆ ਕਰੋ ਮੋਟਰ ਚਲਾ ਕੇ। ਮੈਂ ਇਹ ਚੀਜ਼ ਬਹੁਤ ਦੇਖੀ ਆ, ਤਾਜ਼ਾ ਪਾਣੀ ਕਿਉਂਕਿ ਨੈਚੁਰਲੀ ਗੱਲ ਆ ਵੀ ਸਵਾਦ ਹੁੰਦਾ, ਮਿੱਠਾ ਲੱਗਦਾ ਪਾਣੀ ਪੀਣ ਨੂੰ, ਨੋਰਮਲ ਟੈਂਪਰੇਚਰ ਦਾ ਹੁੰਦਾ ਜਿਵੇਂ ਦਾ ਮੌਸਮ ਹੁੰਦਾ, ਹੈ ਨਾ। ਅਤੇ ਪਾਣੀ ਜਾਨਵਰ ਆਪਣਾ ਐਟੋਮੈਟਿਕਲੀ ਵੱਧ ਪੀਂਦਾ। ਜਦੋਂ ਮੈਂ ਇੱਧਰ ਆਉਂਦੇ ਅਸੀਂ ਤਕਰੀਬਨ 6 ਵਜੇ 5:30 ਵਜੇ ਤਾਂ ਇੱਕ ਵਾਰ ਸਾਰੇ ਘੋੜਿਆਂ ਨੂੰ ਬਾਲਟੀਆਂ ਤਾਂ ਵੈਸੇ ਇਹਨਾਂ ਦੇ ਮੂਹਰੇ ਪਈਆਂ ਹੁੰਦੀਆਂ ਨੇ, ਕੋਈ ਡੋਲਦਾਂ ਦਾ, ਕੋਈ ਰੱਖ ਲਾਂ ਦਾ, ਜਾਂ ਕਈ ਵਾਰ ਰਾਤ ਨੂੰ ਜਿਵੇਂ ਅਸੀਂ ਨੀਰਾ ਪਾਇਆ ਹੋਇਆ ਹੁੰਦਾ ਅਤੇ ਉਹ ਕੁਲੀ ਜਾਂ ਘੋੜੇ ਕਰੀ ਜਾਂਦੇ ਹੁੰਦੇ ਵਿੱਚ ਨੀਰਾ ਹੁੰਦਾ ਤਾਂ ਪੀਂਦੇ ਨਹੀਂ। ਜਦੋਂ ਸਵੇਰੇ ਅਸੀਂ ਇੱਧਰ ਆਉਂਦੇ ਹਾਂ, ਸਭ ਤੋਂ ਪਹਿਲਾਂ ਸਾਡਾ ਕੀ ਕੰਮ ਹੁੰਦਾ ਵੀ ਪਾਣੀ ਪਿਲਾਈਏ ਘੋੜਿਆਂ ਨੂੰ, ਪਾਣੀ ਪਿਲਾ ਕੇ ਉਹਦੇ ਬਾਅਦ ਦਾਣਾ ਪਾਉਂਦੇ ਹਾਂ, ਦਾਣਾ ਪਾ ਕੇ ਫਿਰ ਹੁਣ ਤਕਰੀਬਨ ਬਾਈ ਘੋੜਿਆਂ ਨੂੰ ਅਸੀਂ ਹਰ ਰੋਜ਼ ਨਵਾਉਣੀ ਨਵਾਉਂਦੇ ਹਾਂ ਇਹ ਦਿਨਾਂ ਦੇ ਵਿੱਚ। ਸਵੇਰੇ ਨਵਾਤੇ ਕੁਛ ਜਾਨਵਰ, ਕੁਛ ਸ਼ਾਮ ਨੂੰ ਨਵਾਤੇ, ਨਵਾਉਣੇ ਬਹੁਤ ਜ਼ਰੂਰੀ ਹੈ ਕਿਉਂਕਿ ਵੈਸੇ ਤਾਂ ਬਾਈ ਸਾਫ਼ ਰਹਿੰਦੇ ਨਹੀਂ, ਖਰਖਰਾ ਵੱਜਦਾ ਨਹੀਂ, ਇਹ ਰੁੱਤ ਦੇ ਵਿੱਚ ਪਸੀਨਾ ਆਉਂਦਾ ਰਹਿੰਦਾ। ਇਹ ਤੁਸੀਂ ਗੱਬਣ ਘੋੜੀਆਂ ਨੂੰ ਵੀ ਪਾ ਸਕਦੇ ਹੋ, ਖਾਲੀ ਨੂੰ ਪਾ ਸਕਦੇ ਹੋ, ਤੁਹਾਡੀ ਬਸ਼ੇਰੀ ਬਸ਼ੇਰਾ ਮਾਤਰਾ ਆਪਣੇ ਹਿਸਾਬ ਨਾਲ ਤੁਸੀਂ ਦੇਖ ਲਓ, ਜਿੰਨੇ ਮਾਤਰਾ 'ਚ ਤੁਹਾਡਾ ਜਾਨਵਰ ਕੰਫਰਟੇਬਲ ਰਹਿੰਦਾ। ਪਾਣੀ ਚਲਾਏ ਬਾਈ, ਹੁਣ ਅਸੀਂ ਮੋਟਰ ਚਲਾਈ ਸੀ ਆ ਅਤੇ ਤਾਜ਼ਾ ਪਾਣੀ ਨਾਲ ਇਹ ਮਿਕਸ ਕਰ ਦਾਂਗੇ ਇਹਦੇ ਵਿੱਚ ਸਾਰਾ ਇਹਨੂੰ ਵਧੀਆ ਤਰੀਕੇ ਨਾਲ। ਆਹ ਮੇਰੇ ਹੱਥ ਨੂੰ ਦੱਸ ਰਿਹਾ ਪਾਣੀ ਠੰਡਾ, ਇੱਕ ਤਾਂ ਵੈਸੇ ਠੰਡਾ ਹੁੰਦਾ ਜਿਵੇਂ ਆਪਾਂ ਫਰਿੱਜ ਵਾਲੇ ਪੀਂਦੇ, ਉਹ ਵੀ ਆਪਾਂ ਵੱਧ ਨਹੀਂ ਕੀਤਾ ਜਾਂਦਾ, ਆਪਾਂ ਤਾਜ਼ਾ ਪਾਣੀ ਜਿਹੜੀ ਚੱਲਦੀ ਮੋਟਰ 'ਤੇ ਹੁੰਦਾ, ਹੁਣ ਆਪਣੇ ਮੋਟਰਾਂ ਚੱਲਦੀਆਂ ਨੇ ਖੇਤਾਂ 'ਚ, ਐਟੋਮੈਟਿਕਲੀ ਆਪਾਂ ਕਿੰਨਾ ਪਾਣੀ ਪੀ ਜਾਂਦੇ, ਬੰਦ ਕਰਦੇ ਵਿੱਚ ਆਪਾਂ ਕਿੰਨਾ ਪਾਣੀ ਪੀ ਜਾਂਦੇ, ਇਹ 10-12 ਲੀਟਰ ਪਾਣੀ ਆਰਾਮ ਨਾਲ ਬਾਈ। ਅਤੇ ਇੰਨਾ ਪਾਣੀ ਆਰਾਮ ਨਾਲ ਜਾਨਵਰ ਪੀ ਲੈਂਦਾ। ਮੈਂ ਕੀ ਕਰਦਾ ਵੀ ਦਿਨ 'ਚ ਇੱਕ ਵਾਰੀ, ਜਿਵੇਂ ਹੁਣ ਦੁਪਹਿਰ ਦਾ ਸਮਾਂ ਪੂਰਾ ਠੀਕ ਆ,
ਮੈਂ ਘੋੜੇ ਵਾਲਿਆਂ 'ਚ ਆਇਆ, ਜਾਨਵਰ ਖੜ੍ਹੇ ਆ, ਅਤੇ ਹੁਣ ਇਹ ਟਾਈਮ ਮੇਰੇ ਹਿਸਾਬ ਨਾਲ ਪਾਣੀ ਪਿਲਾਉਣਾ ਚਾਹੀਦਾ, ਇਹ ਟਾਈਮ ਠੀਕ ਹੁੰਦਾ। ਕਾਰਨ ਕਿ ਇਹਨਾਂ ਦੇ ਐਨਰਜੀ ਲੈਵਲ ਵੀ ਇਹਦੇ ਨਾਲ ਸਹੀ ਬਣਿਆ ਰਹਿੰਦਾ, ਅਤੇ ਘੋੜਾ ਵੈਸੇ ਵੀ ਡੀਹਾਈਡਰੇਟ ਵਗੈਰਾ ਨਹੀਂ ਹੁੰਦਾ। ਅਤੇ ਮੈਂ ਤਾਂ ਡੇਲੀ ਇਹ ਕੰਮ ਕਰਦਾ। ਆ ਜਾ ਭਿੰਦੇ ਨਾਲ, ਜਿਵੇਂ ਆਪਣੀ ਨੁਕਰੀ ਆ, ਇਹ ਚਾਹ ਕੀ ਪੀਂਦੀ ਹੈ, ਪਾਣੀ 10 to 12 liter 15 liter ਪਾਣੀ ਵੀ ਤੁਸੀਂ ਪਿਲਾ ਸਕਦੇ। ਅਸੀਂ ਅੱਜ ਦੇ ਨਹੀਂ, ਇਹ ਜਿੱਦਣ ਦੇ ਘੋੜੇ ਰੱਖਿਆ ਆਪਾਂ ਉਸ ਦਿਨ ਦੀ ਪਾਣਾ ਪਿਆ ਹੋ ਰਹੇ, ਸਾਨੂੰ ਤਾਂ ਬਈ ਇਹਦਾ ਕੋਈ ਸਾਈਡ ਇਫੈਕਟ ਨਹੀਂ ਲੱਗਿਆ, ਕੋਈ ਕੁਛ ਨਹੀਂ ਲੱਗਿਆ। ਉਹ ਦੂਜੀਆਂ ਪਾਣੀ ਮਤਲਬ ਦੇਖ ਕੇ ਪੈਰ ਮਾਰਨ ਲੱਗ ਗਏ, ਹਿੰਕਣ ਲੱਗ ਗਿਆ, ਪਤਾ ਲੱਗ ਗਿਆ ਵੀ ਇਹਨਾਂ ਦਾ ਸ਼ਰਬਤ ਆ ਗਿਆ। ਜਿਵੇਂ ਆਪਾਂ ਨਿੰਬੂ ਪਾਣੀ ਪੀਣਾ ਪਸੰਦ ਕਰਦੇ ਹਾਂ, ਉਵੇਂ ਜਿਵੇਂ ਇਹ ਪਾਣਾ ਪੀਣਾ ਪਸੰਦ ਕਰਦੀਆਂ। ਮੱਝ ਨੂੰ ਵੀ ਅਸੀਂ ਜ਼ਰੂਰ ਪਿਲਾਉਂਦੇ ਹਾਂ, ਗਾਂ ਨੂੰ ਵੀ ਪਿਲਾਉਂਦੇ ਹਾਂ, ਟੇਸਟੀ ਜਿਹਾ ਬਣ ਜਾਂਦਾ ਇੱਕ ਤਾਂ ਮਿੱਠਾ, ਗਲੂਕੋਜ਼ ਲੈਵਲ ਜਾਨਵਰ ਦਾ ਠੀਕ ਰਹਿੰਦਾ ਅਤੇ ਡੀਹਾਈਡਰੇਟ ਨਹੀਂ ਹੁੰਦਾ। ਇਹ ਚੀਜ਼ ਜ਼ਰੂਰ ਕਰਿਆ ਕਰੋ। ਹੁਣ ਕਈ ਵਾਰ ਘੋੜੀਆਂ ਕਈ ਮਹੀਨੇ ਛੱਡ ਵੀ ਦਿੰਦੀਆਂ ਨੇ ਪਾਣੀ ਨਹੀਂ ਪੀਂਦੇ, ਜਾਂ ਫੁੱਲ ਬੱਠਲ ਭਰਿਆ ਹੋਇਆ ਹੁੰਦਾ, ਤਾਂ ਉਹੀ ਮੈਂ ਮੱਝ ਨੂੰ ਪਿਲਾ ਦੇਣਾ ਵੱਧ। ਇਹ ਚੀਜ਼ ਮੇਰਾ ਭਰਾ ਜ਼ਰੂਰ ਕਰਿਓ। ਅਤੇ ਇੱਕ ਤੁਸੀਂ ਹੋਰ ਵੀ ਹੱਲ ਕਰ ਸਕਦੇ ਹੋ, ਕਈ ਵਾਰ ਜ਼ਿਆਦਾ ਗਰਮੀ ਹੁੰਦੀ ਆ, ਜਿਹੜੀਆਂ ਗੱਬਣ ਘੋੜੀਆਂ ਨੇ ਉਹ ਸਾਹ ਲੈਣ ਲੱਗੀਆਂ ਹੱਲਦੀਆਂ ਹੁੰਦੀਆਂ ਨੇ, ਜਿਹੜੀਆਂ ਨੇੜੇ ਲੱਗੀਆਂ ਹੁੰਦੀਆਂ ਘੋੜੀਆਂ ਨੇ, ਉਹਨੂੰ ਤੁਸੀਂ ਕੀ ਕਰੋ, ਜਿਹੜਾ ਆਲੂ ਬੁਖਾਰਾ ਹੁੰਦਾ ਸੁੱਤਾ, ਉਹ ਪੰਸਾਰੀ ਨੂੰ ਮਿਲ ਜਾਂਦਾ, ਉਹ ਭਿਆਉਣ ਦਿਓ ਸਵੇਰੇ, ਉਹ ਸ਼ਾਮ ਨੂੰ ਦੇ ਦਿਓ ਤੁਸੀਂ। ਉਹ ਵੀ ਬਹੁਤ ਕਾਰਗਰ ਚੀਜ਼ ਆ, ਉਹ ਵੀ ਜਾਨਵਰ ਤੁਹਾਡਾ ਮਤਲਬ ਸੈੱਟ ਰੱਖਦਾ, ਡੀਹਾਈਡਰੇਟ ਨਹੀਂ ਹੁੰਦਾ। ਅਤੇ ਹੁਣ 10 to 12 liter ਇਹਨੇ ਪਾਣੀ ਪੀ ਲਿਆ ਆਰਾਮ ਨਾਲ, ਹੁਣ ਇਹ ਆਪਣਾ ਭੋਗ ਖਾ ਲਓ ਮੂੰਗਫਲੀ ਦਾ, ਅਤੇ ਸ਼ਾਮ ਨੂੰ ਅਸੀਂ ਇਹਨੂੰ ਫੇਰ ਇੱਕ ਵਾਰ ਪਹਿਲਾਂ ਪਾਣੀ ਦਿਖਾਵਾਂਗੇ ਸਾਫ਼। ਵੈਸੇ ਪਾਣੀ ਦੇ ਤਾਂ ਹੁਣ ਵੀ ਮੂਹਰੇ ਪਿਆ, ਹੁਣ ਜਿਵੇਂ ਪਾਣੀ ਪਿਲਾਤਾ ਅਸੀਂ ਇਹਨੂੰ, ਪਾਣੀ ਇਹਦੇ ਮੂਹਰੇ ਪਿਆ ਵੀ ਸੀ, ਉਹ ਨਹੀਂ ਪੀਤਾ ਇਹਨੇ, ਇਹ 10-12 liter ਪਾਣੀ ਜਿਹੜਾ ਇਹ ਆਰਾਮ ਨਾਲ ਪੀ ਗਈ ਬਾਈ। ਸੋ ਵੀਡੀਓ ਬਣਾਉਣ ਦਾ ਇਹ ਮੋਟਿਵ ਆ, ਜਿਹੜੇ ਚਲੋ ਕਈ ਭਰਾ ਨਵੇਂ ਆ ਅਤੇ ਕਈ ਪੁਰਾਣੇ ਵੀ ਹੁੰਦੇ ਆ ਬਾਈ, ਹੈ ਨਾ, ਕਈ ਵਾਰ ਆਪਾਂ ਕੰਨਾਂ ਪਿੱਛੇ ਗੱਲ ਮਾਰ ਜਾਣਾ ਵੀ ਕੋਈ ਗੱਲ ਨਹੀਂ ਯਾਰ, ਪਰ ਇਹ ਦਿਨਾਂ 'ਚ ਜਾਨਵਰ ਬਹੁਤ ਭਰਾਵਾਂ ਦੇ ਬਿਮਾਰ ਹੋ ਰਿਹਾ। ਆਪਣੀ ਜਾਰਾ ਅੱਜ ਤੋਂ 3 ਮਹੀਨੇ ਪਹਿਲਾਂ ਮਈ ਦੇ ਵਿੱਚ ਡੀਹਾਈਡਰੇਟ ਹੋ ਗਈ ਸੀ, ਉਸ ਤੋਂ ਬਾਅਦ ਮੌਸਮ ਦੇ ਹਿਸਾਬ ਨਾਲ, ਇਹ ਵੀ ਨਹੀਂ ਹੈਗਾ ਵੀ ਇੱਕ ਚੀਜ਼ ਆਪਾਂ ਡੇਲੀ ਦੇਣ ਜਾਈਏ, ਹੈ ਨਾ, ਉਹ ਵੀ ਕਿਤੇ ਨਾ ਕਿਤੇ ਤੰਗ ਪਰੇਸ਼ਾਨ ਕਰਦੀ ਆ, ਪਰ ਆਪਣੇ ਜਾਨਵਰ ਦੀ ਆਪਾਂ ਨੂੰ ਹੈਲਥ ਦੱਸ ਦਿੰਦੀ ਵੀ ਹੈਲਥ ਕਿਵੇਂ ਦੀ, ਆਪਣੇ ਜਾਨਵਰ ਦੀ ਕਿਸ ਚੀਜ਼ ਦੀ ਜ਼ਰੂਰਤ ਆ। ਇਹ ਦਿਨਾਂ 'ਚ ਤੁਸੀਂ ਪਾਣੀ ਵੱਧ ਪਿਲਾਓ, ਦਾਣਾ ਭਾਵੇਂ ਘੱਟ ਪੈ ਜੇ, ਤੁਹਾਡੇ ਜਾਨਵਰ ਨੂੰ ਕੋਈ ਚੱਕਰ ਨਹੀਂ ਬਾਈ, ਲਿੱਸਾ ਹੋ ਜੇ ਜਾਨਵਰ ਕੋਈ ਮੈਟਰ ਨਹੀਂ। ਆਪਣਾ ਘੋੜਾ ਵੀ ਹੁਣ ਲਿੱਸਾ ਹੋਇਆ ਪਿਆ, ਸਗੋਂ ਨਾਭਾ ਮੰਡੀ ਆ ਰਹੀ ਆ, ਮੈਨੂੰ ਵੀ ਹੋ ਰਿਹਾ ਵੀ ਕਹਿਣਗੇ ਵੀ ਹੁੰਦਾ ਲੋਕਾਂ ਨੂੰ ਦੂਜਿਆਂ ਨੂੰ ਸਲਾਹਾਂ ਦਿੰਦਾ ਆਪਦਾ ਜਾਨਵਰ ਲਿੱਸਾ, ਪਰ ਲਿੱਸੇ ਦਾ ਕੋਈ ਚੱਕਰ ਨਹੀਂ ਇਹ ਦਿਨਾਂ 'ਚ ਵੀਰੇ, ਹੁੰਦਾ ਤੁਹਾਡਾ ਜਾਨਵਰ ਲਿੱਸਾ ਹੋ ਜੇ, ਪਰ ਪਾਣੀ ਪ੍ਰੋਪਰ ਹੋਣਾ ਚਾਹੀਦਾ। ਕਈ ਵਾਰ ਆਪਾਂ ਜ਼ਿਆਦਾ ਦਾਣਾ ਪਾ ਕੇ ਜਾਨਵਰ ਨੂੰ ਕੋਲਿਕ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਇਹ ਦਿਨਾਂ ਦੇ ਵਿੱਚ, ਸੋ ਕੋਈ ਪੱਠਾ ਦੱਥਾ ਆਪਦਾ ਚੇਂਜ ਨਾ ਕਰੋ। ਮੈਂ ਤਾਂ ਕੀ ਆ, ਮੈਂ ਤੂੜੀ ਵੀ ਹੁਣ ਵੀਰੇ ਬਿਲਕੁਲ ਬੰਦ ਕਰਤੀ, ਮੈਂ ਵੀਡੀਓ ਵੀ ਪਾਉਣੀ ਹੈ ਇੱਕ ਆਉਣ ਵਾਲੇ ਦਿਨਾਂ 'ਚ। ਜਿਹੜਾ ਕੋਈ ਆਪਾਂ ਨੂੰ ਪੁਰਾਣਾ ਬੰਦਾ ਮਿਲਦਾ ਜਿਹਨੇ ਘੋੜਿਆਂ 'ਤੇ ਕਾਫੀ ਰਿਸਰਚ ਕੀਤੀ ਆ, ਲੰਬੇ ਸਮੇਂ ਤੋਂ ਰੱਖ ਲਿਆ, ਜਾਂ ਕਈ ਸਾਡੇ ਡਾਕਟਰ ਸਾਹਿਬਾਨ ਨੇ ਬਹੁਤ ਸਿਆਣੇ ਨੇ, ਹੈ ਨਾ, ਸਾਰਿਆਂ ਦੀ ਆਪਾਂ ਨੂੰ ਗੱਲ ਸੁਣ ਕੇ, ਕਿਉਂਕਿ ਦੂਜਿਆਂ 'ਤੇ ਆਪਾਂ ਨੂੰ ਬਹੁਤ ਚੀਜ਼ਾਂ ਦਾ ਗਿਆਨ ਮਿਲਦਾ, ਉਸ ਹਿਸਾਬ ਨਾਲ ਚੱਲਣਾ ਚਾਹੀਦਾ। ਹੁਣ ਇਹਨੂੰ ਪਾਣਾ ਪਿਲਾਤਾ, ਅਤੇ ਆਪਣੀ ਮੈਂ ਫੋਰ ਨੂੰ ਵੀ ਪਿਲਾਉਂ, ਮੱਝਾਂ ਵਾਲੇ ਭਰਾ ਵੀ ਇਹ ਵੀਡੀਓ ਨੂੰ ਜ਼ਰੂਰ ਦੇਖ ਲਾਂ, ਅਤੇ ਆ ਜਾਓ ਹੁਣ ਆਪਾਂ ਮੱਝ ਦਾ ਤਿਆਰ ਕਰਦੇ ਹਾਂ। ਹੁਣ ਘੋੜੀ ਨੂੰ ਪਿਲਾਤਾ, ਅਤੇ ਮੱਝ ਦੀ ਡੋਜ਼ ਥੋੜ੍ਹੀ ਜਿਹੀ ਮੈਂ ਵਧਾ ਦੂੰਗਾ, ਕਿਉਂਕਿ ਆਪਣੀ ਫੋਰ ਥੋੜ੍ਹੀ ਜਿਹੀ ਹੈਲਦੀ ਆ, ਇਹ ਵੀ ਗੱਬਣਾ ਮੱਝ ਆਪਣੀ, ਇਹਨੂੰ 1.5-1.5 ਚਮਚ ਕਰ ਦੂੰਗਾ ਮੈਂ, ਅਤੇ ਮੁੱਠੀਆਂ ਆਪਾਂ 3-4 ਸੁੱਟ ਦਾਂਗੇ ਇਹਨੂੰ, ਤਕਰੀਬਨ ਸਾਰੇ ਹੀ ਪਾ ਦਿੰਦੇ। ਆਹ ਹੋ ਗਿਆ ਆਪਣਾ ਇੰਨਾ, ਇਹਦੇ ਮੂਹਰੀ ਭਰੂੰਗਾ ਮੈਂ, ਕਿਉਂਕਿ ਇਹ ਫੁੱਲ ਡੱਕ ਦੇਣਾ ਮੈਨੇ, ਕਾਰਨ ਕੀ ਆ, ਫਿਰ ਜਦ ਆਪਾਂ ਚੱਕਦੇ ਹਾਂ ਡੁੱਲ ਜਾਂਦਾ ਹੁੰਦਾ। ਵੈਸੇ ਮੱਝ ਨੂੰ ਪਿਲਾ ਦਿਓ ਤੁਸੀਂ, ਗਾਂ ਨੂੰ ਪਿਲਾ ਦਿਓ, ਜਿਹੜਾ ਦੁੱਧ ਦੇ ਰਹੀ ਆ ਉਹਨੂੰ ਪਿਲਾ ਦਿਓ, ਇਹ ਚੀਜ਼ ਬਹੁਤ ਬੈਟਰ ਆ। ਜਿਵੇਂ ਆਲੂ ਬੁਖਾਰੇ ਵਾਲਾ ਸਿਸਟਮ ਕਿਹਾ, ਤੁਸੀਂ ਉਹ ਵੀ ਕਰ ਸਕਦੇ ਹੋ।
ਦਾਣ ਨੂੰ ਵੀ ਪਲਾਵਾਂਗੇ। ਆਪਣੇ ਜਿੰਨੇ ਵੀ ਜਾਨਵਰ ਆ ਸਾਰੇ ਖੁਸ਼ ਹੋ ਕੇ ਪੀਂਦੇ ਆ, ਮੱਝ ਨੂੰ ਗਾਂ ਨੂੰ ਸਾਰਿਆਂ ਨੂੰ ਆਪਾਂ ਇਹੀ ਪਾਣੀ ਪਿਲਾਉਂਦੇ ਹਾਂ। ਇੱਕ ਸਰੋਂ ਦਾ ਤੇਲ ਦੇ ਦਿਆ ਕਰੋ ਬਈ ਆਹ ਦਿਨਾਂ 'ਚ, ਉਹ ਵੀ ਠੀਕ ਆ। ਇਹਨੂੰ ਹੁਣ ਪੂਰਾ ਅਸੀਂ ਵੱਠਲ ਭਰ ਦਾਂਗੇ ਨੇ, ਸਾਰਾ ਆਰਾਮ ਨਾਲ ਪੀ ਜਾਣਾ। ਬਸ ਬਈ ਬੰਦ ਕਰਦੇ ਪੁੱਤਰਾ, ਇਹਨੇ ਆਰਾਮ ਨਾਲ ਪੀ ਜਾਣਾ ਬਈ। ਅਤੇ ਵੀਡੀਓ ਕਿਵੇਂ ਦੀ ਲੱਗੀ, ਅੱਜ ਦੀ ਜਿਹੜੀ ਗੱਲਬਾਤ ਆ ਬਈ ਕਿਵੇਂ ਲੱਗੀ, ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਸਾਡੇ ਕੈਮਰਾਮੈਨ ਦੇ ਰਾਹ ਦੇ ਲੱਤ ਕਿੰਨੇ ਬਚ ਕੇ, ਅਤੇ ਧਿਆਨ ਰੱਖਿਆ ਕਰੋ ਜ਼ਰੂਰ ਜਾਨਵਰਾਂ ਦਾ, ਖਾਣ ਪੀਣ ਦਾ ਧਿਆਨ ਰੱਖੋ, ਹਰਾ ਪੱਠਾ ਬਈ ਚਾਹੇ ਘੱਟ ਪਾਓ। ਜਿਵੇਂ ਹੁਣ ਕਈ ਦੋਸਤਾਂ ਦਾ ਮੈਨੂੰ ਫੋਨ ਆਉਂਦਾ ਹੁੰਦਾ, ਅੱਜ ਬੰਦੇ ਨਾਲ ਇੱਧਰ ਆਪਾਂ ਘੋੜਾ ਵੀ ਦਿਖਾ ਦਈਏ ਨਾਲ ਦੀ ਨਾਲ ਜਾ ਕੇ ਵੀਰਿਆਂ ਨੂੰ। ਬਈ ਮੱਕੀ ਦਾ ਚਾਰ ਪਾ ਦੀ, ਅਸੀਂ ਚਾਰ ਪਾ ਲਿਆ, ਮੈਸਾਂ ਬਹੁਤ ਹੈਲਦੀ ਰਹਿੰਦੀਆਂ ਬਈ। ਆਪਾਂ ਬਿਲਕੁਲ ਨਹੀਂ ਕਹਿੰਦੇ ਵੀ ਮੱਕੀ ਦਾ ਚਾਰ ਪਾਓ, ਕਈ ਭਰਾ ਕਹਿੰਦੇ ਆ ਵੀ ਮੱਕੀ ਦਾ ਚਾਰ ਅਸੀਂ ਤਾਂ ਪਾਉਂਦੇ ਇੱਦਾਂ ਕੁਛ ਹੋ ਰਿਹਾ ਨਹੀਂ, ਪਰ ਆਪਾਂ ਬਿਲਕੁਲ ਨਹੀਂ ਕਹਿੰਦੇ ਵੀ ਕੋਈ ਮੱਕੀ ਦਾ ਚਾਰ ਪਾਵੇ, ਕਿਉਂਕਿ ਫੰਗਸ ਵਗੈਰਾ ਹੁੰਦੀ ਆ ਅਤੇ ਉਹ ਤੰਗ ਕਰਦੀ ਆ। ਅੱਜ ਅੰਦਰ ਹੀ ਲੈ ਆ, ਨਹੀਂ ਆਉਂਦਾ ਅੰਦਰ, ਇਹਨੂੰ ਸਵੇਰੇ ਨਵਾਇਆ ਮੈਂ, ਹੁਣ ਫੇਰ ਲਿਪੜਿਆ ਕਰ ਨੁਕਰੇ ਸਾਹਮਣੇ ਔਖੇ ਨੇ ਕੁਛ, ਇਹ ਦਿਨਾਂ 'ਚ ਵੀ ਭਰਾ ਆ ਜਾਂਦੇ ਆ ਜਾਨਵਰ ਦੇਖਣ, ਅਤੇ ਫਿਰ ਐਂ ਕਹਿ ਕੇ ਸਾਰਨਾ ਪੈਂਦਾ ਬਾਈ ਲੇਟ ਮਾਰ ਗਿਆ, ਹੁਣ ਕਰੀਏ ਕੀ ਯਾਰ। ਇਹਨੂੰ ਨਵਾਇਆ ਸਵੇਰੇ ਅੱਜ ਮੈਨੇ ਐਨ ਫ੍ਰੀਜ ਲਾ ਕੇ, ਗਰਮੀ ਬਹੁਤ ਆ, ਘੋੜੀਆਂ ਵਧਣ ਕਰਕੇ ਜਗ੍ਹਾ ਵੀ ਥੋੜ੍ਹੀ ਜਿਹੀ ਆਪਾਂ ਨੂੰ ਕੰਜਸਟਡ ਹੋ ਗਏ ਆ, ਉਰੇ ਜਦ ਨਵੀਆਂ ਘੋੜੀਆਂ ਆਉਂਦੀਆਂ ਨੇ ਹਿਣਕੀ ਜਾਂਦਾ ਅਤੇ ਟੇਕੇ ਖੜਦਾ ਨਹੀਂ, ਟੇਕੇ ਖੜਦਾ ਨਹੀਂ ਇਹ, ਅਤੇ ਇਹਦਾ ਆਹ ਕੰਮ ਆ ਹੁਣ, ਇਹ ਦੰਦੀ ਵੱਢ ਕੇ ਇਹਨੂੰ ਮੇਰੇ ਸਕੂਨ ਜਿਹਾ ਮਿਲ ਜੂਗਾ। ਧੰਨਵਾਦ ਸਾਰੇ ਦੋਸਤਾਂ ਦਾ, ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜਿਹੜੇ ਯਾਰ ਦੋਸਤ ਨਵੇਂ ਆਪਣੇ ਚੈਨਲ 'ਤੇ ਫੋਲੋ ਜ਼ਰੂਰ ਕਰ ਲਿਓ। ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਵਾਸਤੇ।